ਮਛੇਰਾ ਅਤੇ ਉਸ ਦੀ ਤੀਵੀਂ। ਮਛੇਰਾ ਅਤੇ ਉਸ ਦੀ ਤੀਵੀਂ ਇੱਕ ਪਹਾੜੀ ਤੇ ਰਹਿੰਦੇ ਸਨ, ਇੱਕ ਵੱਡੇ ਸਮੁੰਦਰ ਦੇ ਨੇੜੇ। ਹਰ ਦਿਨ ਮਛੇਰਾ ਪਹਾੜ ਉੱਤੇ ਜਾਂਦਾ ਅਤੇ ਰੁਜ਼ਗਾਰ ਲਈ ਮੱਛੀਆਂ ਫੜਦਾ। ਉਹ ਆਪਣੇ ਹਲੀਮ ਜੀਵਨ ਵਿੱਚ ਖੁਸ਼ ਸੀ, ਪਰ ਉਹ ਜਾਣਦਾ ਸੀ ਕਿ ਉਸ ਦੀ ਤੀਵੀਂ ਖੁਸ਼ ਨਹੀਂ ਹੈ। ਉਹ ਹਮੇਸ਼ਾ ਗੁੱਸੇ ਵਿੱਚ ਰਹਿੰਦੀ। ਗੰਦੀ ਝੋਪੜੀ ਵੱਲ ਵੇਖੋ, ਇਸ ਦੀ ਬੂ ਮੈਨੂੰ ਬਿਮਾਰ ਕਰ ਦਿੰਦੀ ਹੈ। ਮੈਂ ਇਸ ਨੂੰ ਦਿਨ ਰਾਤ ਸਾਫ ਕਰਦੀ ਹਾਂ, ਪਰ ਇਹ ਸਾਫ ਹੀ ਨਹੀਂ ਹੁੰਦੀ। ਮਛੇਰਾ ਆਪਣੀ ਤੀਵੀਂ ਨੂੰ ਬਹੁਤ ਪਿਆਰ ਕਰਦਾ ਸੀ, ਪਰ ਤੀਵੀਂ ਨੇ ਕਦੇ ਵੀ ਸ਼ਿਕਾਇਤਾਂ ਬੰਦ ਨਹੀਂ ਕੀਤੀਆਂ। ਕਿਸੇ ਚੰਗੇ ਦਿਨ ਜਦ ਉਹ ਦੋ ਮੱਛੀਆਂ ਫੜਦਾ ਤਾਂ ਤੀਵੀਂ ਤਿੰਨ ਦੀ ਗੁਜ਼ਾਰਿਸ਼ ਕਰਦੀ। ਜੇ ਉਹ ਉਸ ਦੇ ਲਈ ਅੰਬ ਲੈ ਆਉਂਦਾ ਤਾਂ ਉਹ ਆੜੂ ਮੰਗਦੀ। ਉਹ ਉਸ ਨੂੰ ਖੁਸ਼ ਰੱਖਣ ਲਈ ਕੁਝ ਵੀ ਕਰ ਸਕਦਾ ਸੀ। ਓ ਮੇਰੀ ਪਿਆਰੀਏ, ਤੈਨੂੰ ਖੁਸ਼ ਰੱਖਣ ਲਈ ਮੈਂ ਕੀ ਕਰਾਂ? ਇਸ ਬਦਬੂਦਾਰ ਝੋਪੜੀ ਤੋਂ ਮੈਨੂੰ ਬਾਹਰ ਕੱਢ, ਫੇਰ ਮੈਂ ਖੁਸ਼ ਹੋਵਾਂਗੀ। ਇੱਕ ਦਿਨ ਉਹ ਮਛੇਰਾ ਮੱਛੀਆਂ ਫੜਨ ਲਈ ਗਿਆ ਪਹਾੜ ਦੇ ਕੋਲ। ਪਾਣੀ ਖਾਮੋਸ਼ ਅਤੇ ਨੀਲਾ ਸੀ। ਉਹ ਉਸ ਗਹਿਰੇ ਸਮੁੰਦਰ ਵਿੱਚ ਆਪਣੀ ਮੱਛੀ ਦਾ ਕਾਂਟਾ ਸੁੱਟ ਕੇ ਬੈਠਿਆ ਹੋਇਆ ਸੀ। ਕੁਝ ਘੰਟੇ ਲੰਘ ਗਏ ਅਤੇ ਉਹ ਥੱਕ ਗਿਆ। ਮੇਰੇ ਖਿਆਲ ਚ ਅੱਜ ਸਾਨੂੰ ਫਲ ਖਾ ਕੇ ਗੁਜ਼ਾਰਾ ਕਰਨਾ ਪਵੇਗਾ। ਉਹ ਖੜ ਜਾ, ਮੈਨੂੰ ਕੁਝ ਮਹਿਸੂਸ ਹੋ ਰਿਹਾ ਹੈ। ਪਤੀ ਨੇ ਆਪਣੀ ਮੱਛੀ ਫੜਨ ਵਾਲੀ ਸੋਟੀ ਨੂੰ ਕੱਸ ਕੇ ਫੜ ਲਿਆ ਅਤੇ ਡੋਰ ਖਿੱਚਣ ਲੱਗ ਪਿਆ। ਓ, ਇਹ ਤਾਂ ਬਹੁਤ ਭਾਰੀ ਹੈ, ਜ਼ਰੂਰ ਇੱਕ ਵੱਡੀ ਮੱਛਲੀ ਹੋਵੇਗੀ। ਜਦ ਉਹ ਕਾਂਟਾ ਉੱਪਰ ਆਇਆ ਤਾਂ ਉਹ ਹੈਰਾਨ ਰਹਿ ਗਿਆ ਇੱਕ ਚਪਟੀ ਅਤੇ ਚਮਕੀਲੀ ਮੱਛੀ ਨੂੰ ਵੇਖ ਕੇ, ਜੋ ਬਹੁਤ ਹੀ ਰੰਗ ਬਿਰੰਗੀ ਸੀ। ਓ ਚਮਕੀਲੀ ਮੱਛਲੀ, ਇਹ ਇੰਨੀ ਭਾਰੀ ਕਿਉਂ ਹੈ? ਸ਼ਾਇਦ ਇਸਨੇ ਬਹੁਤ ਜ਼ਿਆਦਾ ਖਾ ਲਿਆ ਹੋਵੇਗਾ। ਨਹੀਂ ਮਛੇਰੇ, ਇਸ ਵਜ੍ਹਾ ਕਰਕੇ ਮੈਂ ਬਾਕੀ ਮੱਛੀਆਂ ਤੋਂ ਭਾਰੀ ਨਹੀਂ ਹਾਂ। ਕੀ ਹੁਣੇ-ਹੁਣੇ ਮੇਰੇ ਨਾਲ ਗੱਲ ਕੀਤੀ? ਹੁਣੇ-ਹੁਣੇ ਕੀ ਹੋਇਆ? ਤੈਨੂੰ ਮੇਰਾ ਨਾਂ ਕਿਵੇਂ ਪਤਾ ਹੈ? ਮੈਂ ਤੇਰੇ ਬਾਰੇ ਹੋਰ ਵੀ ਕੁਝ ਜਾਣਨਾ ਹਾਂ। ਮੈਂ ਇੱਕ ਆਮ ਮੱਛੀ ਨਹੀਂ ਹਾਂ, ਮੈਂ ਇੱਕ ਤਲਿਸਮੀ ਰਾਜਕੁਮਾਰ ਹਾਂ। ਮੈਨੂੰ ਜਾਣ ਦੇ, ਵੈਸੇ ਮੈਂ ਤੈਨੂੰ ਕੋਈ ਖਾਸ ਸਵਾਦਿਸ਼ਟ ਨਹੀਂ ਲੱਗਾਂਗਾ। ਮਿਹਰਬਾਨੀ ਕਰਕੇ ਮੈਨੂੰ ਨਾ ਮਾਰ। ਹੁਣ ਹੋਰ ਕੁਝ ਨਾ ਬੋਲ, ਮੈਂ ਯਕੀਨਨ ਇੱਕ ਬੋਲਣ ਵਾਲੀ ਮੱਛਲੀ ਨੂੰ ਨਹੀਂ ਮਾਰਾਂਗਾ। ਚੱਲ ਤੂੰ ਜਾ। ਓ ਸ਼ੁਕਰੀਆ। ਮਛੇਰਾ ਇਸ ਚਮਕੀਲੀ ਮੱਛੀ ਬਾਰੇ ਆਪਣੀ ਤੀਵੀਂ ਨੂੰ ਦੱਸਣ ਲਈ ਬੇਤਾਬ ਸੀ। ਉਹ ਨੱਠ ਕੇ ਘਰ ਗਿਆ ਅਤੇ ਇਹ ਭੁੱਲ ਗਿਆ ਕਿ ਅੱਜ ਉਸ ਕੋਲ ਆਪਣੀ ਤੀਵੀਂ ਨੂੰ ਦੇਣ ਲਈ ਕੋਈ ਵੀ ਮੱਛੀ ਨਹੀਂ ਹੈ। ਪਿਆਰੀਏ, ਮੈਂ ਤੈਨੂੰ ਕੁਝ ਦੱਸਣਾ ਹੈ, ਛੇਤੀ ਆ। ਕੀ ਅੱਜ ਕੋਈ ਮੱਛੀ ਨਹੀਂ ਲਿਆ? ਓ ਨਹੀਂ, ਮੈਂ ਇੱਕ ਚਮਕੀਲੀ ਮੱਛਲੀ ਫੜੀ ਸੀ, ਉਹ ਬੋਲਦੀ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਇੱਕ ਤਲਸਮੀ ਰਾਜਕੁਮਾਰ ਹੈ। ਕੀ ਫੇਰ ਕੀ ਹੋਇਆ? ਇਹ ਫੇਰ ਮੈਂ ਉਹਨੂੰ ਛੱਡ ਦਿੱਤਾ, ਉਹ ਹੁਣ ਸਮੁੰਦਰ ਵਿੱਚ ਹੈ। ਤੂੰ ਇੱਕ ਤਲਸਮੀ ਮੱਛੀ ਫੜੀ ਤੇ ਉਹਨੂੰ ਇੰਜ ਹੀ ਛੱਡ ਦਿੱਤਾ? ਤੂੰ ਇਹ ਕਿਉਂ ਕੀਤਾ? ਅਸੀਂ ਗਰੀਬ ਆ ਤੇ ਭੁੱਖੇ ਵੀ, ਅਸੀਂ ਇਸ ਬਦਬੂਦਾਰ ਝੋਪੜੀ ਵਿੱਚ ਰਹਿੰਦੇ ਆ। ਘੱਟੋ ਘੱਟ ਤੂੰ ਇੱਕ ਵਧੀਆ ਘਰ ਮੰਗ ਸਕਦਾ ਸੀ। ਉਹ ਮੈਨੂੰ ਘਰ ਕਿਵੇਂ ਦੇ ਸਕਦਾ ਹੈ? ਉਹ ਇਹ ਨਹੀਂ ਕਰ ਸਕਦਾ। ਸਾਨੂੰ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਜੋ ਸਾਡੇ ਕੋਲ ਹੈ। ਮੈਂ ਖੁਸ਼ ਰਹਾਂਗੀ ਜੇ ਮੈਂ ਇੱਕ ਕੋਠੀ ਵਿੱਚ ਰਹਾਂ। ਤੂੰ ਇਹ ਕਿਹਾ ਨਾ ਕਿ ਉਹ ਇੱਕ ਤਲਸਮੀ ਰਾਜਕੁਮਾਰ ਸੀ? ਤੂੰ ਉਸ ਦੀ ਜਾਨ ਬਚਾਈ, ਉਹ ਘੱਟੋ ਘੱਟ ਤੇਰੇ ਲਈ ਇਹ ਤਾਂ ਕਰ ਸਕਦਾ ਸੀ। ਵਾਪਸ ਜਾ ਤੇ ਜਾ ਕੇ ਇੱਕ ਕੋਠੀ ਮੰਗ। ਪਤੀ ਥੋੜਾ ਝਿਜਕਿਆ, ਪਰ ਉਹ ਵਾਪਸ ਸਮੁੰਦਰ ਵੱਲ ਗਿਆ। ਉਹ ਹੈਰਾਨ ਹੋਇਆ, ਪਾਣੀ ਥੋੜਾ ਹਰਾ ਅਤੇ ਪੀਲਾ ਹੋ ਗਿਆ ਸੀ। ਤਲਸਮੀ ਮੱਛਲੀ, ਕੀ ਤੂੰ ਮੈਨੂੰ ਸੁਣ ਸਕਦੀ ਹੈ? ਛੇਤੀ ਚਮਕੀਲੀ ਮੱਛੀ ਉੱਪਰ ਆ ਗਈ, ਜਿਵੇਂ ਉਸ ਦੇ ਪਤੀ ਦੇ ਆਉਣ ਦਾ ਹੀ ਇੰਤਜ਼ਾਰ ਕਰ ਰਹੀ ਹੋਵੇ। ਮੇਰੀ ਘਰਵਾਲੀ ਖੁਸ਼ ਨਹੀਂ ਹੈ, ਉਹ ਕੀ ਚਾਹੁੰਦੀ ਹੈ? ਉਸ ਨੂੰ ਇੱਕ ਕੋਠੀ ਚਾਹੀਦੀ ਹੈ। ਵਾਪਸ ਜਾਓ, ਉਸ ਨੂੰ ਹਾਸਿਲ ਹੋ ਗਿਆ ਹੈ। ਪਤੀ ਵਾਪਸ ਗਿਆ ਅਤੇ ਉਸ ਨੇ ਵੇਖਿਆ ਕਿ ਉਸ ਦੀ ਤੀਵੀਂ ਖੜੀ ਹੈ ਇੱਕ ਬਹੁਤ ਖੂਬਸੂਰਤ ਲੱਕੜ ਦੇ ਬੂਹੇ ਤੇ। ਉਹ ਕੋਠੀ ਬਹੁਤ ਹੀ ਸਜੀ ਸੰਵਰੀ ਅਤੇ ਸਾਫ ਸੁਥਰੀ ਸੀ। ਉਸ ਵਿੱਚ ਫਰਨੀਚਰ ਅਤੇ ਅੰਗੀਠੀ ਵੀ ਸੀ। ਸੁਣੋ, ਵੇਖੋ ਇਹ ਘਰ ਕਿੰਨਾ ਵੱਡਾ ਤੇ ਸਾਫ ਹੈ। ਹਾਂ, ਅੱਗ ਸੇਕਣ ਲਈ ਅੰਗੀਠੀ ਵੀ ਹੈ। ਇਹ ਬਹੁਤ ਚੰਗਾ ਹੈ, ਹੈ ਨਾ? ਕੀ ਹੁਣ ਤੂੰ ਖੁਸ਼ ਹੈ? ਅਸੀਂ ਇੱਥੇ ਹਮੇਸ਼ਾ ਲਈ ਰਹਿ ਸਕਦੇ ਹਾਂ। ਹਮੇਸ਼ਾ ਲਈ? ਇਸ ਬਾਰੇ ਅਸੀਂ ਸੋਚਾਂਗੇ। ਚਲੋ ਖਾਣਾ ਖਾਂਦੇ ਆ, ਫਿਰ ਸੋ ਜਾਵਾਂਗੇ। ਉਸ ਰਾਤ ਤੀਵੀਂ ਸੌ ਨਹੀਂ ਸਕੀ। ਉਹ ਇਹ ਸੋਚਦੀ ਰਹੀ ਕਿ ਉਹ ਕਿਸ ਗੱਲ ਨਾਲ ਖੁਸ਼ ਹੋ ਸਕੇਗੀ। ਸਵੇਰੇ ਉਹ ਪਹਿਲਾਂ ਹੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਖਾਣੇ ਦੀ ਮੇਜ਼ ਉੱਤੇ।
गुड मॉर्निंग पतिदेव। देखो, एक घर साडे लई छोटा है। मैनू एक महल दी लोड़ है अते मैं एक रानी बनना चाहनी हां। उस मच्छी कोल जाओ ते उसनू कहो कि ओ सानू एक महल दवे। की? तू एक रानी क्यों बनना चाहनी है? साडे लई ए काफी है। इसदा फैसला मैनू करन दो। उस मच्छी कोल जाओ ते मैनू एक रानी बनाओ। पति झिझकदे होए समुंदर वल गया। अज पानी बैंगनी रंग दा सी अते तेज हवा चल रही सी। तलस्मी मछली की तू मैनू सुन सकदी है? मेरी कारवाली खुश नहीं है। ओनू की चाहिदा है? ओ एक महल चाहुंदी है अते रानी बनना चाहुंदी है। वापस जाओ, ओनू ओ मिल गया है। जदो पति वापस गया ता ओ कोठी गायब सी अते उसदी थां ते एक उच्चा महल उत्थे कायम सी जिस दे वड्डे वड्डे पित्तल दे बूहे सन। बहुत सारे नौकर चाकर इधर उधर नठे फिर रहे सन। ओदी तीवी ने ओनू एक तखत उत्ते बैठे वेख्या। उसदे सिर उत्ते एक मुकट सी। तू हुण एक राणी है? हां, मैं राणी हां। ए चंगा है, है ना? की तू हुण खुश है? नहीं, सिर्फ राणी बनना काफी नहीं है, मैं एक महारानी बनना चाहनी हां। हैं? की? मैनू पता है तू की सोचदी है। चमकीली मछली तैनू महारानी नहीं बना सकदी, ए नामुमकिन है। तू कुछ भी नहीं जानदा। उस मच्छी कोल जा अते मैनू महारानी बना। मच्छी राची जगते हुए समंदर वाल गया। उसने पूरे पानी वाल वेख्या अते सोचा कि इसदा सबब की हो सकता है। तलस्मी मछली की तू मैनू सुन सकदी है? मेरी कारवाली खुश नहीं है। ओनू नू की चाहिदा है? ओ हुण महारानी बनना चाहुंदी है। तुसी वापस जाओ, ओनू ए भी मिल गया है। मछीरा वापस तुर के घर आया अपने दिल च यह सोचते हुए कि हुण उसदी तीवी खुश होवेगी। जदो महल ते पुज्या हुण उत्थे सोने दे बूहे सन। उना वड्डे वड्डे पित्तल दे बूहियां दी थां ते घर होर भी वड्डा हो गया सी। अंदर उसदी तीवी एक सोने दे तखत उत्ते बैठी सी। सारे राजे अते वजीर उसदे तखत दे हेठ खलोते सन। उसदे एक हाथ विच सोने दा गोला सी अते दूजे विच राज दंड। प्यारीए, तू हुण सचमुच महारानी बन गई। हां, मैं हां। कि मैं तैनूं दस्या नहीं सी कि ओ मच्छी सब कुछ कर सकदी है? हां, तू सही किया सी। कि हुण तू खुश है? ओ, ए मैनूं नहीं पता, असीं सोचांगे। आज मेरा दिन बहुत व्यस्त रहा, हुण मैनूं नींद आ रही है। मछीरा डर रहा सी कि तीवी हुण होर कुछ मंगेगी, पर ओ पूरे दिन दी मेहनत अते दौड़ धुप करके बहुत थक गया सी। जिवें ही ओ लेटिया ओ गहरी नींद च सौं गया, पर तीवी सौ ना सकी। ओ बह के ए सोचती रही कि ओनू की खुश करेगा। एक हफ्ता गुजर गया। हर रात मछीरा दुआ करता अपनी तीवी नूं खुश करन लई, पर हर रात तीवी बिस्तर उत्ते बैठी रहिंदी चन्न अते तारियां नूं घूरदी होई। आखिर च एक रात ओ सोचते सोचते थक गई अते ओ आराम करना चाहुंदी सी। पर की? इन्नी छेती सवेर हो गई? सूरज ने निकलन दी जुर्रत किवें कीती? की उसनू पता नहीं सी कि एक हफ्ते तो सोई नहीं हां मैं? पतिदेव, उठो। मैं सूरज अते चन्न नू काबू च रखना चाहुंदी हां। मैं नहीं चाहुंदी कि ओ मेरे हुक्म बिना हिलन वी। मैं कादिर ए मुतलक बनना चाहुंदी हां, ओ अनजान शक्ति। की? मेहरबानी करके ए बंद कर। मैं वापस जाके अपने जीवन नू खतरे विच नहीं पा सकदा। तू साडे जीवन नू खतरे च नहीं पाएगा। मैं साडे दोवां दी जिंदगी दी मालक बनना चाहुंदी हां। सानू कोई भी छू नहीं सकेगा। मच्छी कोल जा ते मैनू कादिर ए मुतलक बना। नहीं प्यारीए, तैनू पता नहीं कि तू की मंग रही है। मैं इसनू होर बर्दाश्त नहीं कर सकदी। जे इस वेले तू नहीं गया ता मैं परेशान हो जावांगी, बहुत ज्यादा परेशान। मछीरा अपनी तीवी नू खुश वेखना चाहंदा सी,
ਪਰ ਉਹ ਜਾਣਦਾ ਸੀ ਕਿ ਇਹ ਗਲਤ ਹੈ। ਬਾਹਰ ਸਮੁੰਦਰ ਉੱਤੇ ਬੱਦਲ ਘੇਰਾਏ ਸਨ ਅਤੇ ਹਨੇਰੀ ਦਹਾੜ ਰਹੀ ਸੀ। ਇਹ ਕਦਮ ਕੇਗਾ, ਇਹ ਬਹੁਤ ਗਲਤ ਹੈ। ਪਾਣੀ ਅੱਜ ਇੰਨਾ ਕਾਲਾ ਸਵਾਹ ਹੈ, ਮੈਨੂੰ ਸੱਚਮੁੱਚ ਬਹੁਤ ਡਰ ਲੱਗ ਰਿਹਾ ਹੈ। ਤਲਸਮੀ ਮੱਛਲੀ, ਕੀ ਤੂੰ ਮੈਨੂੰ ਸੁਣ ਸਕਦੀ ਹੈ? ਹੇ ਮੱਛੀਏ, ਮੇਰੀ ਘਰਵਾਲੀ ਹੁਣ ਵੀ ਖੁਸ਼ ਨਹੀਂ ਹੈ। ਉਹ ਹੁਣ ਕੀ ਚਾਹੁੰਦੀ ਹੈ? ਉਹ ਕਾਦਰੇ ਮੁਤਲਕ ਬਣਨਾ ਚਾਹੁੰਦੀ ਹੈ, ਇੱਕ ਅਗਿਆਤ ਸ਼ਕਤੀ, ਬਹੁਤ ਵੱਡੀ ਸ਼ਕਤੀ। ਤੂੰ ਵਾਪਸ ਜਾ, ਉਹਨੂੰ ਮਿਲ ਚੁੱਕਾ ਹੈ। ਉਹ ਮਛੀਰਾ ਪੂਰੀ ਤੀਸੀ ਨਾਲ ਵਾਪਸ ਨੱਠਿਆ। ਓ, ਮੈਨੂੰ ਪਤਾ ਨਹੀਂ ਮੇਰੀ ਘਰਵਾਲੀ ਨੂੰ ਕੀ ਬਣਾਇਆ ਗਿਆ ਹੈ, ਮੈਨੂੰ ਉੱਥੇ ਜਾਣਾ ਚਾਹੀਦਾ ਹੈ। ਓ ਨਹੀਂ, ਇਹ ਕੀ? ਮਛੇਰੇ ਨੂੰ ਪਤਾ ਲੱਗ ਗਿਆ ਕਿ ਉਸ ਦੀ ਤੀਵੀਂ ਚਲੀ ਗਈ ਸੀ, ਉਹ ਮਿਲ ਨਹੀਂ ਰਹੀ ਸੀ। ਉਸਨੇ ਲੱਭਿਆ ਅਤੇ ਲੱਭਿਆ, ਉਹ ਵਾਪਸ ਸਮੁੰਦਰ ਵੱਲ ਨੱਠਿਆ ਗਿਆ। ਪਾਣੀ ਹੁਣ ਖਾਮੋਸ਼ ਅਤੇ ਸਾਫ ਸੀ, ਬੱਦਲ ਹਟ ਗਏ ਸਨ ਅਤੇ ਸੂਰਜ ਚਮਕ ਰਿਹਾ ਸੀ। ਤਲਸਮੀ ਮੱਛਲੀ, ਓ ਤਲਸਮੀ ਮੱਛਲੀ, ਕੀ ਤੂੰ ਮੈਨੂੰ ਸੁਣ ਸਕਦੀ ਹੈ? ਮਿਹਰਬਾਨੀ ਕਰਕੇ ਵਾਪਸ ਆ। ਤੂੰ ਮੇਰੀ ਘਰਵਾਲੀ ਦਾ ਕੀ ਕੀਤਾ? ਮੈਂ ਉਸਨੂੰ ਕਰ ਦਿੱਤਾ ਹੈ। ਉਹ ਕਾਦਰੇ ਮੁਤਲਕ ਅਤੇ ਅਗਿਆਤ ਬਣਨਾ ਚਾਹੁੰਦੀ ਸੀ। ਉਹ ਤਾਂ ਉਹੀ ਹੈ, ਕਿਸੇ ਨੇ ਕਾਦਰੇ ਮੁਤਲਕ ਨੂੰ ਨਹੀਂ ਵੇਖਿਆ, ਹੁਣ ਉਹ ਵੀ ਹਰ ਇੱਕ ਲਈ ਅਗਿਆਤ ਹੈ। ਨਹੀਂ, ਮਿਹਰਬਾਨੀ ਕਰਕੇ ਉਸ ਨੂੰ ਮੈਨੂੰ ਵਾਪਸ ਦੇ ਦਿਓ। ਮੈਂ ਇਸ ਵਰਦਾਨ ਨੂੰ ਪਲਟ ਨਹੀਂ ਸਕਦਾ ਮਛੇਰੇ। ਰੁਕੋ, ਮੈਨੂੰ ਪਤਾ ਹੈ, ਅੱਜ ਤੱਕ ਮੈਂ ਆਪਣੀ ਘਰਵਾਲੀ ਲਈ ਮੰਗਿਆ ਹੈ, ਤੂੰ ਉਸਦੀ ਹਰ ਇੱਛਾ ਪੂਰੀ ਕੀਤੀ ਹੈ, ਪਰ ਮੈਂ ਉਹ ਹਾਂ ਜਿਸਨੇ ਤੇਰੀ ਜਾਨ ਬਚਾਈ, ਮੈਨੂੰ ਮੇਰਾ ਵਰ ਦੇ। ਤੂੰ ਸਹੀ ਹੈ, ਤੂੰ ਕੀ ਚਾਹੁੰਦਾ ਹੈ? ਮਛੇਰੇ ਨੇ ਲੰਮਾ ਸਾਹ ਲਿਆ। ਮੈਂ ਚਾਹੁੰਦਾ ਹਾਂ ਕਿ ਮੇਰੀ ਘਰਵਾਲੀ ਖੁਸ਼ ਰਹੇ। ਵਾਪਸ ਜਾਓ ਦੋਸਤ, ਉਸ ਕੋਲ ਪਹਿਲਾਂ ਹੀ ਉਹ ਸਭ ਕੁਝ ਹੈ ਜੋ ਉਸਨੂੰ ਖੁਸ਼ ਰੱਖਣ ਲਈ ਚਾਹੀਦਾ ਹੈ। ਪਤੀ ਤੇਜ਼ੀ ਨਾਲ ਘਰ ਵਾਪਸ ਆਇਆ। ਉਹ ਹੈਰਾਨ ਸੀ। ਉਸਨੇ ਆਪਣੀ ਤੀਵੀਂ ਨੂੰ ਨਿੱਕੀ ਜਿਹੀ ਝੋਪੜੀ ਦੇ ਬੂਹੇ ਤੇ ਖਲੋਤਾ ਵੇਖਿਆ, ਪਰ ਹੁਣ ਉਹ ਬਦਬੂਦਾਰ ਨਹੀਂ ਸੀ। ਉਹ ਆਪਣੀ ਤੀਵੀਂ ਵੱਲ ਨੱਠਿਆ ਗਿਆ। ਉਹ ਤੂੰ ਵਾਪਸ ਆ ਗਈ, ਵਾਪਸ ਆ ਗਈ। ਹਾਂ, ਮੈਂ ਆ ਗਈ। ਮੈਂ ਇਹ ਜਾਣ ਗਈ ਹਾਂ ਕਿ ਮਹਿਲ ਤੇ ਤਖ਼ਤ ਖੁਸ਼ੀ ਨਹੀਂ ਖਰੀਦ ਸਕਦੇ। ਚਲੋ ਹੁਣ ਘਰ ਚੱਲੀਏ। ਉਸ ਦਿਨ ਤੋਂ ਬਾਅਦ ਮਛੇਰਾ ਅਤੇ ਉਸਦੀ ਤੀਵੀਂ ਇੱਕ ਦਿਨ ਵੀ ਕਦੇ ਭੁੱਖੇ ਨਹੀਂ ਰਹੇ। ਤੀਵੀਂ ਨੂੰ ਹੁਣ ਪਤਾ ਚੱਲ ਗਿਆ ਸੀ ਕਿ ਖੁਸ਼ੀ ਲੁਕੀ ਹੋਈ ਹੈ ਸਿੱਧੀ ਸਾਦੀ ਗੱਲਾਂ ਵਿੱਚ, ਅਤੇ ਉਹ ਹਮੇਸ਼ਾ ਰਾਜ਼ੀ ਖੁਸ਼ੀ ਰਹਿਣ ਲੱਗ ਗਏ।